ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ ਸ਼ੋਕਾ ਟੈਕਨੋਲੋਜੀ ਮੈਂ ਜਰਮਨੀ ਦਾ ਪੂਰੇ ਵਰਲਡ ਦਾ ਸਹਿਯੋਗ ਤੋਂ ਧੰਨਵਾਦ ਕਰਦਾ ਅਮਰੀਕਾ ਦਾ ਕੈਨੇਡਾ ਦਾ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਆਪਣੇ ਸਪੋਰਟਰਾਂ ਦਾ ਤੇ ਜੋਰਪੁਰਾ ਦੇ ਦਵਾਈ ਦੋਹਾ ਕਤਰ ਪਹਿਰੀ ਤੇ ਇੱਕ ਵੀਡੀਓ ਦੇਖੀ ਹੈ ਜੀ ਮੈਂ ਇਹ ਵੀਡੀਓ ਆਈ ਆ ਤ੍ਰਿਪੁਰਾ ਦਾ ਸੀਐਮ ਹੈ ਉਹਨਾਂ ਨੇ ਕਿਹਾ ਵੀ ਸਿੱਖਾਂ ਦੇ ਦਿਮਾਗ ਬਹੁਤ ਘੱਟ ਹੁੰਦੇ ਨੇ ਕਈ ਪਾਕਿਸਤਾਨੀ ਭਰਾ ਵੀ ਸਾਨੂੰ ਕਹਿੰਦੇ ਨੇ ਸਿੱਖਾਂ ਦੇ 12 ਵਜੇ ਹੋਏ ਨੇ ਇਹਦਾ ਮੈਂ ਦਿਮਾਗ ਕੰਮ ਨਹੀਂ ਕਰਦਾ ਹੈਗਾ ਠੀਕ ਹੈ ਤੇ ਉਹਦੇ ਵਿੱਚ ਗੁੱਸਾ ਕਰਨ ਦੀ ਕੀ ਜ਼ਰੂਰਤ ਆ ਉਹਨੇ ਇੱਕ ਝਟਕੇ ਵਿੱਚ ਤੁਹਾਡੀਆਂ ਸਾਰਿਆਂ ਦੀਆਂ ਅੱਖਾਂ ਖੋਲ ਕੇ ਰੱਖ ਦਿੱਤੀਆਂ ਤੇ ਉਹਨੇ ਗਲਤ ਤਾਂ ਕੁਛ ਕਿਹਾ ਹੀ ਨਹੀਂ ਗਾ ਉਸ ਬੰਦੇ ਦਾ ਇੱਥੇ ਸਰੂਪ ਪਾਉਂਦੇ ਹੋ ਤੁਸੀਂ ਜਿੱਦਾਂ ਦਿੰਦੇ ਹੁੰਦੇ ਆ ਸੱਦ ਕੇ ਉਹਦਾ ਸਨਮਾਨ ਕੀਤਾ ਜਾਵੇ ਹੈ ਤੇ ਇਹਦੇ ਵਿੱਚ ਗੁੱਸਾ ਕਰਨ ਦੀ ਕੀ ਜ਼ਰੂਰਤ ਆ ਸਹੀ ਤਾਂ ਕਿਹਾ ਉਹਨੇ ਹੁਣ ਤਾਂ ਸਿੱਖਾਂ ਦੇ ਦਿਮਾਗ ਬਹੁਤ ਕੰਮ ਹੁੰਦੇ ਨੇ ਠੀਕ ਹੈ ਤੇ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਜੇਲ੍ਹਾਂ 'ਚ ਗਏ ਨੇ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ ਨੇ ਤੇ ਫਾਂਸੀਆਂ ਦੇ ਚੜ੍ਹੇ ਨੇ ਤੇ ਇਹਦਾ ਮਤਲਬ ਸਿੱਖਾਂ ਦੇ ਦਿਮਾਗ ਘੱਟ ਹੋਣ ਕਰਕੇ ਇਹ ਕੰਮ ਹੋਇਆ ਠੀਕ ਹੈ ਜੇ ਦਿਮਾਗ ਸਹੀ ਹੁੰਦਾ ਤਾਂ ਕੰਮ ਨਾ ਸਹੀ ਹੁੰਦਾ ਤੇ ਦੂਜੇ ਪਾਸੇ ਤੁਸੀਂ ਦੇਖ ਲਓ ਬਾਅਦ ਦੇ ਵਿੱਚ ਲਾਰਡ ਮਾਊਂਟਬੈਟਨ ਇੰਗਲੈਂਡ ਦਾ ਸੀ ਉਹਨਾਂ ਨੇ ਕਿਹਾ ਸੀ ਤੁਸੀਂ ਆਪਣੀ ਕੰਟਰੀ ਸਿੱਖਾਂ ਨੂੰ ਤੁਸੀਂ ਵੱਖਰੀ ਲੈ ਲਓ ਨਹੀਂ ਇਹ ਕਹਿੰਦੇ ਅਸੀਂ ਇਸੇ ਦੇਸ਼ ਦੇ ਵਿੱਚ ਰਹਾਂਗੇ ਇਕੱਠੇ ਰਲ ਕੇ ਰਹਾਂਗੇ ਇਕੱਠਿਆਂ ਨੇ ਆਜ਼ਾਦੀ ਲਈ ਅਸੀਂ ਇਹਦਾ ਇਕੱਠੇ ਹੀ ਰਹਾਂਗੇ ਇਹਦਾ ਮਤਲਬ ਦਿਮਾਗ ਕੰਮ ਹੋਣ ਕਰਕੇ ਆਹ ਕੰਮ ਹੋਇਆ ਠੀਕ ਹੈ ਫਿਰ ਤੁਸੀਂ ਉਦੋਂ ਬਾਅਦ ਦੇਖ ਲਓ ਹਰਿਮੰਦਰ ਸਾਹਿਬ ਦੇ ਵਿੱਚ 1956 ਦੇ ਵਿੱਚ ਹਮਲਾ ਹੁੰਦਾ ਤੇ ਡਿਮਾਂਡ ਇਹ ਕੀ ਰੱਖਦੇ ਆ ਅੰਮ੍ਰਿਤਸਰ ਤੋਂ ਦਿੱਲੀ ਨੂੰ ਟ੍ਰੇਨ ਚੱਲਣੀ ਚਾਹੀਦੀ ਆ ਇਹੋ ਜਿਹੀ ਤਾਂ ਡਿਮਾਂਡ ਰੱਖਦੇ ਨੇ ਬੇਕੂਫ ਡਿਮਾਂਡ ਮੰਗਣੀ ਨਹੀਂ ਇਹਨਾਂ ਨੂੰ ਆਈ ਹੈ ਅੱਜ ਤੱਕ ਇਹੋ ਜਿਹੀਆਂ ਡਿਮਾਂਡਾਂ ਰੱਖਣੀਆਂ ਹੁਣ ਅਗਰ ਟ੍ਰੇਨ ਅੰਮ੍ਰਿਤਸਰ ਤੋਂ ਚਾਹੀਦੀ ਆ ਦਿੱਲੀ ਨੂੰ ਤਾਂ ਸਮਝੌਤਾ ਅਸੀਂ ਕਰ ਲੈਂਦੇ ਹਾਂ ਆਹ ਤਾਂ ਇਹਨਾਂ ਦੀਆਂ ਸੋਚਾਂ ਨੇ ਤੇ 1984 ਦੇਖ ਲਓ ਦਿੱਲੀ ਵਿੱਚ ਇੰਨੇ ਸਿੱਖ ਮਾਰੇ ਜਾਂਦੇ ਨੇ ਤੇ ਬਹੁਤ ਕਤਲੇਆਮ ਹੁੰਦਾ ਅੱਗਾਂ ਲੱਗਦੀਆਂ ਤਬਾਹੀ ਕਰ ਦਿੱਤੀ ਘਰਾਂ ਦੀ ਫੜ ਕੇ ਤੇ ਉਹਦੇ ਵਿੱਚ ਇੱਕ ਸੈਮੀਨਾਰ ਹੁੰਦਾ ਉਹਨੂੰ ਦੰਗਿਆਂ ਦਾ ਨਾਮ ਦੇ ਦਿੰਦੇ ਆ ਵੀ ਦੰਗੇ ਹੋਏ ਸੀ ਤੇ ਕਈ ਸਿੱਖਾਂ ਨੇ ਕਿਹਾ ਸੀ ਰਾਈਟਸ ਹੈ ਠੀਕ ਹੈ ਤੇ ਦੂਜੇ ਪਾਸੇ ਦਿਮਾਗ ਦੀ ਕਮੀ ਹੋਣ ਕਰਕੇ ਇਹ ਕਿਹਾ ਜੇ ਦਿਮਾਗ ਚੰਗਾ ਹੁੰਦਾ ਤਾਂ ਮਾਰ ਥੋੜ੍ਹੋ ਖਾਂਦੇ ਉਹ ਵੀ ਆਪਣੀ ਕੰਟਰੀ ਦੇ ਵਿੱਚ ਠੀਕ ਹੈ ਅੱਜ ਦੀ ਪੋਜੀਸ਼ਨ ਦੇਖ ਲਓ ਪੂਰੇ ਇੰਡੀਆ ਦੇ ਵਿੱਚ ਲੋਕਡਾਊਨ ਲੱਗਾ ਆ ਸਟੇਟ ਸੇਫ ਸਿਟੀ ਸੇਫ ਹਾਊਸ ਸੇਫ ਉਹਦੇ ਨਾਰੇ ਲਾ ਰਹੇ ਨੇ ਤੇ ਬੇਖੂ ਲੰਗਰ ਲਾ ਰਹੇ ਨੇ ਇਹ ਲੰਗਰ ਲਾਉਂਦੇ ਨੇ ਮਾਸਕ ਫ੍ਰੀ ਵਿੱਚ ਵੰਡਦੇ ਨੇ ਘਰੋਂ ਲਾਸ਼ਾਂ ਚੱਕ ਚੱਕ ਕੇ ਸੇਵਿਆਂ ਦੇ ਵਿੱਚ ਉੱਥੇ ਆਪਣੇ ਦਾਗ ਦੇ ਰਹੇ ਨੇ ਕੋਲੋਂ ਬਾਲਣ ਲਾ ਲਾ ਕੇ ਜਿਹਨਾਂ ਦਾ ਮਰਿਆ ਉਹਨਾਂ ਨੂੰ ਤਰਸ ਨਹੀਂ ਆ ਰਿਹਾ ਇਹਨਾਂ ਬੇਵਕੂਫਾਂ ਨੂੰ ਤਰਸ ਆ ਰਿਹਾ ਇਹ ਕੋਲੋਂ ਪੈਸਾ ਲਾ ਕੇ ਉੱਥੇ ਸ਼ਮਸ਼ਾਨ ਘਾਟ ਲੈ ਕੇ ਜਾਂਦੇ ਨੇ ਹੈਂ ਲੰਗਰ ਕੋਲੋਂ ਲਾ ਰਹੇ ਨੇ ਤੇ ਦਿਮਾਗ ਦੀ ਕਮੀ ਹੈਗੀ ਕਰਕੇ ਤੇ ਤਾਂਹੀਓ ਆ ਕੰਮ ਹੁੰਦਾ ਤੇ ਦੂਜੇ ਪਾਸੇ ਗੁਜਰਾਤ ਦੇਖ ਲਓ ਲੋਕਡਾਊਨ ਦੇ ਵਿੱਚ ਸਾਡੇ ਪੰਜਾਬੀ ਭਰਾ ਸਿੱਖ ਜੱਟ ਜਿੰਨੇ ਵੀ ਹੋਰ ਵੀ ਸੀਗੇ ਟਰੱਕ ਲੈ ਕੇ ਗਏ ਆ ਉਹਨਾਂ ਬੰਦੇ ਨੇ ਉਹਨਾਂ ਦੀ ਖਾਤਰ ਉੱਥੇ ਪਾਣੀ ਜਿਹੜਾ ਬੰਦ ਕਰਤਾ ਟੂਟੀਆਂ ਦਾ ਪਾਣੀ ਨਹੀਂ ਪੀਣ ਨੂੰ ਦਿੱਤਾ ਠੀਕ ਹੈ ਤੇ ਉਹਨਾਂ ਨੂੰ ਕੁੱਟਿਆ ਮਾਰਿਆ ਉਹਨੇ ਟਰੱਕਾਂ ਨੂੰ ਅੱਗਾਂ ਲਾਈਆਂ ਡੀਜ਼ਲ ਕੱਢਿਆ ਪੈਸੇ ਖੋਹੇ ਠੀਕ ਹੈ ਤੇ ਗੱਡੀਆਂ ਆਪਣੇ ਹੋਰ ਕਾਫੀ ਭੰਨੀਆਂ ਨੁਕਸਾਨ ਕਾਫੀ ਕੀਤਾ ਤੇ ਇਹ ਬੰਦੇ ਉੱਥੇ ਜਾ ਕੇ ਉਹਨਾਂ ਨੂੰ ਲੰਗਰ ਲਾ ਰਹੇ ਨੇ ਇਹ ਰੋਟੀਆਂ ਚਾਹਾਂ ਪਿਲਾ ਰਹੇ ਨੇ ਡਾਕਟਰੀ ਇਲਾਜ ਉਹਨਾਂ ਦਾ ਕਰਾ ਰਹੇ ਨੇ ਹੈਂ ਦੱਸੋ ਆਹ ਸੋਚ ਇਹਨਾਂ ਬੰਦਿਆਂ ਦੀ ਉਹ ਸਾਡੇ ਟਰੱਕਾਂ ਨੂੰ ਅੱਗ ਲਾਉਂਦੇ ਨੇ ਤੇ ਇਹ ਲੰਗਰ ਦਿੰਦੇ ਨੇ ਉਹਨਾਂ ਬੰਦਿਆਂ ਨੂੰ ਉਹ ਸਾਨੂੰ ਪਾਣੀ ਨਹੀਂ ਪੀਣ ਦਿੰਦੇ ਇਹ ਚਾਹਾਂ ਦਿੰਦੇ ਨੇ ਉਹਨਾਂ ਬੰਦਿਆਂ ਨੂੰ ਇਹਦਾ ਮਤਲਬ ਦਿਮਾਗ ਘੱਟ ਹੋਣ ਕਰਕੇ ਇਹ ਕੰਮ ਹੁੰਦਾ ਬਿਲਕੁਲ ਸਹੀ ਕਿਹਾ ਜੋ ਉਹਨੇ ਕਿਹਾ ਜਿਹੜੇ ਸਿੱਖ ਜਿੰਨੇ ਵੀ ਹੈਗੇ ਨੇ ਕੁਰਬਾਨੀ ਦੇਣ ਨੂੰ ਤਾਂ ਹੈਗੇ ਪਹਿਲਾਂ ਸ਼ੇਰ ਵਾ ਇਹਦਾ ਮੰਨਦੇ ਆ ਕੋਈ ਮਾਤਵਰ ਸ਼ਿਪ ਵਿੱਚ ਜਾਂਦੇ ਹੋਣ ਇੱਧਰੋਂ ਕੰਟਰੀ ਨੂੰ ਸ਼ਿਪ ਜਾਵੇ ਉਹਦੇ ਵਿੱਚ ਕਈਆਂ ਧਰਮਾਂ ਦੇ ਬੰਦੇ ਹੋਣ ਤਾਂ ਉਹ ਸ਼ਿਪ ਡੁੱਬਣ ਲੱਗੇ ਤਾਂ ਕੈਪਟਨ ਅਲੋਸਮੈਂਟ ਕਰ ਦੇਵੇ ਵੀ 20 ਕੁ ਬੰਦੇ ਕੁਰਬਾਨੀ ਦੇਣ ਉੱਠ ਗਏ ਤਾਂ ਅਸੀਂ ਸਾਰੇ ਦੇ ਸਾਰੇ ਬਚ ਸਕਦੇ ਲੈ ਸਭ ਤੋਂ ਪਹਿਲਾਂ ਜਿੰਨੇ ਸਿੱਖ ਹੈਗੇ ਨਾ ਇਹ ਜਾਣੀ ਕਿ ਕੁਰਬਾਨੀ ਦੇਣਗੇ ਛਾਲਾ ਮਾਰਨਗੇ ਸਮੁੰਦਰ ਦੇਵਤਿਆਂ ਦੀ ਕੁਰਬਾਨੀਆਂ ਅਸੀਂ ਵੀ ਤੁਸੀਂ ਰੈ ਕਰ ਲਓ ਵੀ ਜਿੰਨੇ ਧਰਮਾਂ ਦੇ ਬੰਦੇ ਆ ਦੋ ਦੋ ਚਾਰ ਚਾਰ ਇਕੱਠੇ ਹੋ ਕੇ ਆਪਾਂ ਕੁਰਬਾਨੀ ਦੇ ਦਿੰਦੇ ਹਾਂ ਤੇ ਫਿਰ ਤਾਂ ਹੀ ਉਹ ਕਹਿੰਦੇ ਵੀ ਸਿੱਖਾਂ ਦੇ ਦਿਮਾਗ ਘੱਟ ਹੁੰਦੇ ਆ ਠੀਕ ਹੈ ਕਿਹਾ ਗਲਤ ਤਾਂ ਕੋਈ ਕਿਹਾ ਹੀ ਕੋਈ ਨੀ ਗਾ ਠੀਕ ਹੈ ਆਹ ਸੋਚ ਹੈ ਫਿਰ ਇਹ ਨਾਰੇ ਲਾ ਪਏ ਮਾਰਵੇ ਚੰਡੀਗੜ੍ਹ ਇੱਕ ਵਾਰੀ ਪੰਜਾਬ ਨੂੰ ਦਿੱਤਾ ਜਾਵੇ ਠੀਕ ਹੈ ਛੋਟਾ ਜਿਹਾ ਸ਼ਹਿਰ ਮੰਗਦੇ ਨੇ ਜਦੋਂ ਹਰਿਆਣਾ ਪੂਰੇ ਦਾ ਪੂਰਾ ਪੰਜਾਬ ਚੋਂ ਕੱਢ ਕੇ ਦੇ ਦਿੱਤਾ ਉਦੋਂ ਤਾਂ ਬੋਲੇ ਬੋਲੇ ਨੀ ਕੋਈ ਨਾਰੇ ਨਹੀਂ ਲਾਏ ਹਿਮਾਚਲ ਕੱਢਤਾ ਕੋਈ ਨਾਰੇ ਨਹੀਂ ਲਾਏ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਉਹਦੇ ਨਾਰੇ ਲਾਏ ਨਾ ਚੰਗੀ ਤਰ੍ਹਾਂ ਕਈ ਬੰਦੇ ਮਰਾ ਲਏ ਆਪਣੇ ਨਾਰਿਆਂ ਦੇ ਵਿੱਚ ਟ੍ਰੈਫਿਕ ਜਾਮ ਕਰਕੇ ਤੇ ਅੱਜ ਤੱਕ ਤਾਂ ਕੋਈ ਮੁੱਦਾ ਚੱਕਿਆ ਕੋਈ ਨਹੀਂ ਬਾਅਦ ਦੇ ਵਿੱਚ ਬਾਦਲ ਸਰਕਾਰ ਨੇ ਕਦੇ ਮੁੱਦਾ ਚੱਕਿਆ ਪੰਜਾਬ ਬਾਰੇ ਵੀ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਜਾਂ ਆਹ ਹੋਣਾ ਚਾਹੀਦੇ ਅਕਾਲੀਆਂ ਨੇ ਕਦੇ ਕੁਛ ਕਿਹਾ ਨਹੀਂ ਕਿਹਾ ਇਹ ਅਕਾਲੀ ਸਰਕਾਰਾਂ ਦੇਖ ਲਓ ਤੁਸੀਂ ਅੱਜ ਕੱਲ੍ਹ ਦੀਆਂ ਦੇਖ ਲਓ ਅਕਾਲੀ ਸਰਕਾਰ ਸਾਡੇ ਸਿੰਘ ਦੇਖੋ ਇਕੱਠੇ ਹੁੰਦੇ ਠੀਕ ਹੈ ਆਪਣੇ ਬਾਣੀ ਦੇ ਵਿੱਚ ਲਿਖਿਆ ਵੀ ਸਿੱਖ ਇਕੱਠੇ ਹੋਣੇ ਚਾਹੀਦੇ ਆ ਇਹ ਜਾਣੀ ਕਿ
धड़ाधड़ बखरे तो बखरे हो रहे, जो मतलब बाणी तो कोई असर ही नहीं करते, असर ही नहीं करते। पहला अकाली दल एक से, फिर अकाली दल ये निकलना शुरू हो गया, अकाली दल मान बन गया। अकाली दल एक पता नहीं कहड़ा, मैं तो पता ही नहीं कोई यह नाम है बंदे का, सुखदेव सिंह ढींसा डी अकाली दल, ये बन गया, ये नवा ही बने है। ठीक है, ये लोग कहते तिना खेतों का मालिक से, 1,000 करोड़ 10 अरब प्रॉपर्टी का मालिक है बंदा। ठीक है, बादलों चलिया रहा, बाद दे विच नहीं बनी तो इधर अपनी पार्टी जाने के बखरी बना ली। ये बंदे होंगे जाने के देश का नुकसान करना, कह लो जो मर्जी पार्टी का नुकसान करना, साढ़े सिखा गदार बंदे होंगे, तो ताइयों आह काम होंगे, ताइयों दिमाग घट होने गल आ रही। फिर अकाली दल एक फेरू मान, एक अकाली दल 19 चले है, वो तो 25-30 बंदे है। ठीक है, तो अकाली दल एक दो होर भी बड़े है, बस ये जाने 19-20 अकाली दल बन गया। ठीक है, मेरे हिसाब से 30-35 साल घट्टो घट 70-80 बन जाएंगे। ठीक है, एक कबीले जहे बन जाएंगे, 500 का, 1,000 का, 800 का, 900 का, 1,500 का, 10,000 का, इस तरह कबीले बन जाएंगे। है ठीक है, इस तरह फिर कट्ठे हो, चार सिंह या चार अपने बंदे खड़े हो, कोई भी सिंह ला लो, कोई भी बंदे ला लो, अपने तो शेर देख के परे मूह कर लेना। तो जो कला बंदा हो चौहान ना वादों जान होंगी तो शेर का मुकाबला नहीं कर सकता। ठीक है, तो आज हालात होने ने, ते ए जी करने कि ने साडे अपने बंदे ने जिहड़े बच्चे टॉप होंगे ने, कई कांग्रेस में चले गए, वह भी अकाली दल गए, ये जाने के खिलारे गए, इन्होंने एम इदा इदा पै गए है, तो दिमाग घट वा जी। फिर आ इन्ह बंद सोच है, तो फिर की कर बंदे मंत्रियों तो यही कहना है, होर की कर सकते। ठीक है, तो पिछे जो मैं एक वीडियो पाई से, जो पेज तो पहला पाई सी, वो मैं 500 रुपया भी कहा सगा भी एक बंदा तुम दो तो डॉक्टरी इलाज जो फ्री होगा। ठीक है, वह तो मैं डायरैक्ट कहा भी चलो कोई प्रॉब्लम नहीं मैं कराँगा। ठीक है, तो वो टकनीकों के होंगे एड्डी प्रॉब्लम कोई नहीं, 500 देना तो 10 लाख लगे, 20 लाख लगे, साड़ी मर्जी है, साड़ी कंपनी है, वह पेमेंट कर देगा। ठीक है, हम थोड़े दिमाग ये नहीं काम करना भी 500 देना तो साडा एडा वड्डा इलाज हो जाऊगा, क्यों तुम अनपढ़ खोते दे खोते हैं, तुम इतें रहना, तुम 14वीं 17वीं 18वीं सदी के रहने वाले हैं, पुरानी थोड़ी सोचा है, ये तुम बाहर ही नहीं निकल सकते हजे तक जादू टूणिया के पिछों, इतने तक तो तुम रहना है, तुम अगे कितों आ जाना। ठीक है, तो मैं तो वीडियो जी पाँगा तो टैं ठीक ठाक धक् चंकी पाँगा है, कई जो बंद पढ़े लिखे ने इंटैलीजेंट उन्होंने समझ लगे, तो जो अपने जनानियों के टैलीफोन चक के मैसेज अपने जीजे को करते रहने तो थोड़े थोड़ा समझ आनी, कोई कहता तुम्हें की किया की है, तुम्हें मैं भैन अपन भी आई जरा मैं दसा थोड़ा की किया, मैं कि हेल्प की है, तो मैं बाबा दीप सिंह कोई निहंग उन्होंने मैं पैसे भेज देना, जाके बंडिया का गरीबा जाके वीडियो बना दिता, तुम तो मेरे इदा सवाल कर दिया भी जिदा तुम भैन मेरे न्याई अपनी भूआ दतिया है किता की है, तुम मैं अपने को जी हेल्प करता करी जाना है, मैं किसी को कहना भी मेरी हेल्प करो तुम। ठीक है, जब तुम पैसे दते हो मैं सवाल पूछो तुम फिर चंगे लगते हैं, तुम की किया यह दसो तुम की किया, आ सवाल पूछ रहे हैं। कोई कहते एनजीओ बंदे चला रहे हैं, वह सही कर रहे की सही करते हैं, एनजीओ चला रहे हैं 10-15 बंदे चलाते हैं एनजीओ, बाहरों साडे बंदिया का पैसा इकट्ठा करके अमेरिका कनेडा के जोड़े बंदे बैठे ने वो भेजते हैं, आ पुलिस वाले 2-3 लगे हो, इन्हों पे पूछा मैं पुलिस वाले तुम ये बंदे स्पैशल ड्यूटी से लाए हो, ये तनखाह भी इतों लेंगे ने पुलिस के, तो एनजीओ भी चला रहे हैं, तो वर्दियां पा के भी फिर रहे हैं, मैंने मतलब चिट्टा भी बेच रहे होने, ये जो एनजीओ चलाते होंगे आ मोटर खोल ट्रैक्टर चोर टेंपो ट्राली चोर, फिर थोड़े बहुत दान कर देंगे ने, बाद अपना ना इन्हों का आता रहा है, तो भी साडा ना चल जाए, तो पुलिस वाले मैं पुछना भी ये बंदे अपने को छो कल इन्हों का कोई दुर्घटना हो जाए, कोई एक्सीडेंट हो जाए, कोई बंदे होर हो जाए, इन्हों पुलिस वाले इंश्योरेंस जी कवर करेगी, ये ड्यूटी के उत्ते है या तुम भेजते हैं, इन्हों कौन भेजता इन्होंने बंद, इस तरह संस्था चलाने के तुम गरीबी चक लोगे पंजाब की, यह नहीं चक्की जानी, इदा दी भावें तो हजारा खोल लो एनजीओ कोई फर्क नहीं पैना, ये गरीब ने उत्थे दा उत्थे रहना, अज इन्हां नूं ठीक कर देने परसों अगले हफ्ते फिर प्रॉब्लम पै जानी, यह तो कम गौरमेंट दे हुंदे, जे गौरमेंट चंगी होवे उह कम करे, ये जिनी मर्जी कोई बाहरों हैल्प कर लवे कनेडा तो कर लवे, मैनूं तां मैद नहीं, बाहरले साडे पंजाबी बंदे इन्हां दी इन्नी हैल्प करदे होणगे कनेडा अमेरिका दे विच, उहदा अगे हार्ड मेहनत करदे ने, उहदा ट्रक चलाउंदे ने, उत्थे 15-15 घंटिया दी ड्यूटियां देंदे ने बेचारे, मुर्गा भी उन्होंने रखा हुंदा विच ही, उहदे विच हीटर हुंदे ट्रक दे, उहने गर्म करके खा खू जांदे ने, फिर ट्रक लैके चले जांदे ने,
ਤੇ ਉਹ ਤਾਂ ਬੀਜੀ ਇੰਨੇ ਹੁੰਦੇ ਆ, ਉਹਦਾ ਥੁੱਕ ਵੀ ਸੋਚ ਕੇ ਸੱਟਦੇ ਨੇ ਵੀ ਸਾਡੀ ਐਲਰਜੀ ਵੇਸਟ ਨਾ ਹੋ ਜਾਵੇ, ਤੇ ਤੁਹਾਨੂੰ ਉਹਨਾਂ ਨੇ ਪੈਸੇ ਕਿੱਥੋਂ ਭੇਜ ਦੇਣੇ? ਤੁਹਾਨੂੰ ਪੈਸੇ ਭੇਜ ਸਕਦੇ? ਮੈਂ ਉਹਨਾਂ ਨੂੰ ਜਾਣਦਾ ਚੰਗੀ ਤਰ੍ਹਾਂ, ਮੈਂ ਇੱਥੇ ਰਹਿੰਦਾ। ਇਹਨਾਂ ਦਾ ਇੱਕ ਓਵਰ ਟਾਈਮ ਸ਼ੇਪ ਕੋਈ ਮਾਲਕ ਕੰਪਨੀ ਜਾਂ ਫੈਕਟਰੀ ਆ, 2 ਘੰਟੇ ਵੱਧ ਲਵਾ ਲਵੇ ਤਾਂ ਘਰ ਨੂੰ ਫੋਨ ਕਰਕੇ ਦੱਸਣ ਲੱਗ ਪੈਂਦਾ $40 ਮਿਲ ਗਿਆ ਜੀ, ਸਾਨੂੰ ਬੜੀ ਖੁਸ਼ੀ ਹੋਈ ਆ, ਹੈਂ ਬੜੇ ਨੱਚਦੇ ਆ, ਘਰ ਵਾਲੀਆਂ ਨੂੰ ਫੋਨ ਕਰਦੇ ਵੀ ਓਵਰ ਟਾਈਮ ਸਾਡਾ ਲੱਗ ਰਿਹਾ, ਤੇ ਤੁਹਾਨੂੰ $50 ਭੇਜ ਦੇਣਗੇ। ਹਾਂ ਕੋਈ ਬੰਦਾ ਹੈਲਪ ਕਰ ਦਿੰਦਾ ਠੀਕ ਹੈ, ਵੈਰੀ ਨਾਈਸ ਆ, ਪਰ ਹੈਲਪ ਜਿਹੜੀ ਕਰਨੀ ਹੁੰਦੀ ਕੋਈ ਤੌਰ ਤਰੀਕੇ ਨਾਲ ਕਰਨੀ ਹੁੰਦੀ ਹੈ, ਕੋਈ ਪਤਾ ਲੱਗੇ ਤੁਸੀਂ ਤੁਹਾਡੇ ਕੋਲ ਪੈਸਾ ਕਿੰਨਾ ਆਇਆ, ਤੁਸੀਂ ਕਿੰਨਾ ਪੈਸਾ ਦਿੱਤਾ, ਕਿਹਦੇ ਵਾਸਤੇ ਦਿੱਤਾ, ਲੈਂਟਰ ਪਾਉਣੇ, ਰੰਗ ਕਰਾਉਣੇ, ਮਕਾਨ ਬਣਾਉਣੇ, ਤੁਸੀਂ ਕਿੰਨੇ ਕਦੇ ਬਣਾ ਦੋਗੇ? ਤੁਸੀਂ ਹੈਲਪ ਉਹਨਾਂ ਬੰਦਿਆਂ ਦੀ ਕਰੋ ਜਿਹੜੇ ਮਾਂ ਪਿਓ ਸਿਆਣੇ ਆ, ਮਾਂ ਪਿਓ ਘਰੋਂ ਕੱਢ ਦਿੱਤੇ ਆ, ਬਜ਼ੁਰਗ ਆ, ਰੋਟੀ ਨਹੀਂ ਖਾਂਦੇ, ਡਾਕਟਰੀ ਇਲਾਜ ਨਹੀਂ, ਨਿਆਣੇ ਦੇ ਤਸੱਦਕ ਹੁੰਦਾ ਉਹਨੂੰ ਕੁੱਟਦੇ ਆ ਮਾਂ ਪਿਓ, ਉਹਨਾਂ ਦੀ ਹੈਲਪ ਕਰੋ, ਸਕੂਲ ਪੜ੍ਹਨ ਜਾਣਾ ਬੰਦੇ ਨੇ ਉਹਦੀ ਫੀਸ ਦਿਓ, ਠੀਕ ਹੈ? ਇਹੋ ਜਿਹੀਆਂ ਹੈਲਪਾਂ ਹੁੰਦੀਆਂ, ਇਹਦਾ ਤੁਹਾਡੇ ਰਿਕਾਰਡ ਵਿੱਚ ਹੀ ਨਹੀਂ ਆ ਰਹੀਆਂ ਵੀ ਤੁਸੀਂ ਕਿੰਨਾ ਪੈਸਾ ਵੇਸਟ ਕੀਤਾ, ਕਿੰਨਾ ਤੁਹਾਡੇ ਕੋਲ ਆਇਆ, ਠੀਕ ਹੈ? ਇਹਨੂੰ ਇੰਜੋ ਕਹਿੰਦੇ ਹੁੰਦੇ ਚਲਾਉਣ, ਮੈਨੂੰ ਤਾਂ ਕਹਿੰਦੇ ਤੁਸੀਂ ਚਲਾਓ, ਮੈਨੂੰ ਤਾਂ ਜ਼ਰੂਰਤ ਨਹੀਂ, ਜੇ ਮੈਂ ਚਲਾਵਾਂਗਾ ਵੀ ਤਾਂ ਮੈਂ ਸਪੈਸ਼ਲ ਸਕਰੀਨਾਂ ਜਿਹੜੀਆਂ ਲੱਗਣਗੀਆਂ, ਕਿੰਨੀ ਸਾਨੂੰ 12 ਘੰਟਿਆਂ ਵਿੱਚ ਆਮਦਨ ਹੋਈ ਆ, ਕਿੰਨੇ ਪੈਸੇ ਅਸੀਂ ਦਿੱਤੇ ਆ, ਕਿਹਨੂੰ ਕਿਹਨੂੰ ਪੈਸਾ ਦਿੱਤਾ, ਕਿਹਦੀ ਕਿਹਦੀ ਅਸੀਂ ਹੈਲਪ ਕੀਤੀ ਆ, ਤੇ ਕਿਹੜੇ ਹੈਲਪ ਲੈਣ ਦੇ ਯੋਗ ਸੀ ਸਾਡੇ ਕੋਲੋਂ, ਅਸੀਂ ਉਹਨਾਂ ਦੀ ਹੈਲਪ ਕੀਤੀ, ਇੰਨਾ ਪੈਸਾ ਸਾਡੇ ਕੋਲ ਆ, ਇੰਨਾ ਹੁਣ ਆ ਗਿਆ, ਇੰਨਾ ਅਸੀਂ ਦੇ ਦਿੱਤਾ, ਠੀਕ ਹੈ? ਤੇ ਸਾਨੂੰ ਉਹਦੇ ਵਿੱਚੋਂ ਗੱਡੀਆਂ ਲੈਣ ਦੀ ਕੀ ਜ਼ਰੂਰਤ ਆ, ਤੁਹਾਡੇ ਕੋਲ ਸਾਰੇ ਟੈਂਪੂ ਦੇ ਮਰਗਾਟਾਂ ਉੱਤੇ ਤੁਸੀਂ ਬੈਠ ਬੈਠ ਕੇ ਸ਼ਹਿਰ ਨੂੰ ਜਾਂਦੇ ਆ, ਤੇ ਅੱਜ ਕੱਲ੍ਹ ਤੁਸੀਂ ਗੱਡੀਆਂ ਲੈ ਲਈਆਂ ਨਵੀਆਂ, ਐਨਜੀਓ ਚਲਾ ਚਲਾ ਕੇ, ਹੈ ਆ ਤੁਹਾਡੀ ਸੋਚ ਹੈ, ਇਹਨਾਂ ਨੂੰ ਜੀ ਪੈਸੇ ਭੇਜੋ, ਬਾਹਰਲੇ ਕੈਨੇਡਾ ਵਾਲਿਆਂ ਨੂੰ ਮੈਂ ਕਹਿੰਦਾ ਇਹਨਾਂ ਨੂੰ ਪੈਸੇ ਭੇਜੋ, ਆ ਜਿਹੜੇ ਐਨਜੀਓ ਚਲਾਉਂਦੇ ਆ ਗਰੀਬ ਬੰਦੇ ਆ, ਇਹ ਬਾਅਦ ਦੇ ਵਿੱਚ ਇਹ ਵਿਹਲੜ ਰਹਿ ਕੇ ਕ੍ਰਿਮੀਨਲ ਬਣਨਗੇ, ਠੀਕ ਹੈ? ਫਿਰ ਤੁਸੀਂ ਇੰਡੀਆ ਜਾਵੋ, ਤੁਸੀਂ ਰਿਕਸ਼ੇ ਵਿੱਚ ਜੋ ਜਨਾਨੀਆਂ ਬੈਠੀਆਂ, ਸਾਡੀਆਂ ਜਨਾਨੀਆਂ ਬੈਠੀਆਂ, ਇਹ ਰਿਕਸ਼ੇ ਦੇ ਵਿੱਚੋਂ ਪਰਸ ਝੱਟ ਮਾਰਦੇ, ਤੁਹਾਡੀਆਂ ਬਾਲੀਆਂ ਖੁੰਦਦੇ, ਕੰਨਾਂ 'ਚੋਂ ਖੂਨ ਨਿਕਲਦਾ ਤੁਹਾਡੇ, ਠੀਕ ਹੈ? ਇਹ ਇਹੀ ਬੰਦੇ ਜਿਨ੍ਹਾਂ ਦੀ ਹੈਲਪ ਕੀਤੀ ਹੈ ਤੁਸੀਂ, ਜੇ ਪੜ੍ਹੇ ਲਿਖੇ ਹੋਣ ਤਾਂ ਕਿਸੇ ਡਿਗਰੀ ਹੋਲਡਰ ਹੋਣ ਜਾਂ ਬਾਹਰ ਆ ਜਾਣ ਜਾਂ ਚੰਗੀ ਨੌਕਰੀ ਚੰਗਾ ਕੰਮ ਕਰ ਲੈਣ, ਇਹਦਾ ਭਿਖਾਰੀਆਂ ਦੇ ਤੌਰ 'ਤੇ ਭੀਖ ਮੰਗਦੇ, ਉਹੀ ਕੰਮ ਕ੍ਰਿਮੀਨਲ ਕਰਦੇ ਬਾਅਦ ਦੇ ਵਿੱਚ, ਇਹਨਾਂ ਨੇ ਕਰਨਾ ਉਹ ਕੰਮ ਕ੍ਰਿਮੀਨਲ, ਹੈ ਇਹਨਾਂ ਨੇ, ਇਹਨਾਂ ਨੂੰ ਆਦਤ ਪੈ ਜਾਂਦੀ ਹੁੰਦੀ ਹੈ ਭੀਖ ਮੰਗਣ ਦੀ, ਜਿਹੜੇ ਬੰਦੇ ਨੂੰ ਭੀਖ ਮੰਗਣ ਦੀ ਆਦਤ ਪੈ ਜਾਵੇ, ਵਿਹਲੇ ਰਹਿਣ ਦੀ ਪੈ ਜਾਵੇ ਆਦਤ, ਤੁਹਾਡੇ ਕੇ ਰਿਸ਼ਤੇਦਾਰ ਵੀ ਆ ਵਿਹਲੇ ਰਹਿੰਦੇ ਆ ਇੰਡੀਆ ਦੇ ਵਿੱਚ, ਉਹ ਕੰਮ ਕਾਰ ਨਹੀਂ ਕਰਦੇ, ਉਹਨੂੰ ਭੀਖ ਮੰਗਣ ਦੀ ਆਦਤ ਪੈ ਜਾਂਦੀ, ਤੁਸੀਂ ਪਾਲਦੇ, ਤੁਸੀਂ ਪੈਸਾ ਭੇਜਦੇ, ਤੁਸੀਂ ਗੱਡੀਆਂ ਲੈ ਕੇ ਦਿੰਦੇ ਆ, ਉਹ ਚੌੜੇ ਹੋ ਕੇ ਫਿਰਦੇ ਆ, ਠੀਕ ਹੈ? ਟੰਡਾਂ ਜਿਹੀਆਂ ਕਰਾ ਕੇ ਜੇਲ੍ਹਾਂ ਲਾ ਕੇ ਇਹ ਬੰਦੇ ਉਹਨਾਂ ਵਿੱਚ ਆ ਜਾਂਦੇ ਨੇ, ਇਹ ਤੁਹਾਡੇ ਕੋਲ ਕੰਮ ਇਹ ਸਬੂਤ ਨਹੀਂ ਹੁੰਦਾ, ਇਹ ਕੰਮ ਹੁੰਦਾ ਗੌਰਮੈਂਟ ਦਾ, ਠੀਕ ਹੈ? ਗੌਰਮੈਂਟ ਕਰੇ, ਇਹਨਾਂ ਉੱਤੇ ਲਿਆਵੇ, ਇਹਨਾਂ ਦੀ ਪੜ੍ਹਾਈ ਕਰੇ, ਇਹਨਾਂ ਨੂੰ ਮਕਾਨ ਬਣਾ ਕੇ ਦੇਵੇ, ਠੀਕ ਹੈ? ਪੈਸੇ ਬਥੇਰੇ ਆ ਗੌਰਮੈਂਟ ਦੇ ਕੋਲ, ਪਰ ਇਹਨਾਂ ਮੰਤਰੀ ਦਾ ਆਪਣਾ ਨਹੀਂ ਸਰਦਾ ਹੈਗਾ, ਇਸ ਕਰਕੇ ਇੰਡੀਆ ਦਾ ਜਿਹੜਾ ਸਿਸਟਮ ਹੈ ਉਹ ਠੀਕ ਨਹੀਂ ਹੈਗਾ, ਠੀਕ ਹੈ? ਤੇ ਬਾਕੀ ਮੇਰੀ ਤਾਂ ਇਹੀ ਅਪੀਲ ਹੈ, ਇਹਨਾਂ ਨੂੰ ਪੈਸੇ ਨਾ ਭੇਜੋ, ਕਿਉਂ ਵੇਸਟ ਮਨੀ ਆਪਣੀ ਖਰਾਬ ਕਰਦੇ, ਕੋਈ ਫਾਇਦਾ ਇਹਨਾਂ ਦਾ ਹੈ? ਹੋਰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਤਹਿ ਦਿਲ ਤੋਂ ਧੰਨਵਾਦ ਕਰਦਾ ਪੂਰੇ ਵਰਲਡ ਦਾ ਜੀ, ਠੀਕ ਹੈ? ਓਕੇ, ਬਾਏ ਬਾਏ।